ਦੇਸ਼ ਵਿਦੇਸ਼ ਦੀ ਧਰਤੀ 'ਤੇ ਦੈਨਿਕ ਸਵੇਰਾ ਟੀਵੀ ਦੇਖ ਰਹੇ ਸੰਗਤ ਰੂਪ ਸਰੋਤਿਆਂ ਨੂੰ ਦਾਸ ਵੱਲੋਂ ਫਤਿਹ ਅਰਜ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਮਾਝ ਕੀ ਵਾਰ, ਜਿਸ ਦੀ 3 ਨੰਬਰ ਪੌੜੀ ਨਾਲ ਆਇਆ ਹੋਇਆ ਦੂਸਰਾ ਸਲੋਕ, ਜਿਸ ਅੰਦਰ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ। ਮਹੱਲਾ ਦੂਜਾ। ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਏ, ਰੋਲਾ ਟੁੰਡਾ ਅੰਧੁਲਾ ਕਿਉਂ ਗਲ ਲੱਗੇ ਧਾਏ, ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹਿ ਸਿਆਣੀਏ ਇਵ ਕੰਤ ਮਿਲਾਵਾ ਹੋਏ। ਧੰਨ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਾਵਨ ਬਚਨ ਦੇ ਅੰਦਰ ਜੋ ਬਖਸ਼ਿਸ਼ ਕੀਤੀ ਹੈ, ਸਾਹਿਬ ਕਹਿੰਦੇ ਪਰਮਾਤਮਾ ਕੁਦਰਤ ਵਿੱਚ ਵੱਸਦਾ ਹੋਇਆ ਦਿਸ ਰਿਹਾ ਹੈ, ਦਿਸੈ ਸੁਣੀਐ, ਉਸ ਦੀ ਜੀਵਨ ਰਾਓ ਸਾਰੀ ਰਚਨਾ ਵਿੱਚ ਸੁਣੀ ਜਾ ਰਹੀ ਹੈ। ਭਾਵ ਕਿ ਜਿੰਨੇ ਵੀ ਜੀਵ ਅਸੀਂ ਬੋਲਦੇ ਹਾਂ, ਇਹ ਸਭ ਉਸੇ ਦਾ ਹੀ ਨਾਦ ਹੈ, ਉਸੇ ਦੀ ਦਿੱਤੀ ਸ਼ਕਤੀ, ਉਸੇ ਦੀ ਤਾਕਤ ਨਾਲ ਹੀ ਅਸੀਂ ਬੋਲ ਪਾਉਂਦੇ ਹਾਂ। ਉਸਦੇ ਕੰਮਾਂ ਤੋਂ ਜਾਪ ਰਿਹਾ ਹੈ ਕਿ ਉਹ ਕੁਦਰਤ ਵਿੱਚ ਮੌਜੂਦ ਹੈ, ਫਿਰ ਵੀ ਉਸ ਦਾ ਮਿਲਾਪ ਦਾ ਸਵਾਦ ਸਾਨੂੰ ਜੀਵਾਂ ਨੂੰ ਹਾਸਲ ਜਿਹੜਾ ਉਹ ਨਹੀਂ ਹੁੰਦਾ। ਦਿਸੈ ਕਹਿੰਦੇ ਦਿਸਦਾ ਵੀ ਹੈ, ਸਾਹਮਣੇ ਜੋ ਕੁਦਰਤ ਹੈ, ਕਾਇਨਾਤ ਹੈ, ਜਿੰਨੇ ਜੀਵ ਬਣਾਏ ਨੇ ਸਾਰਿਆਂ ਵਿੱਚ ਉਹਦੀ ਜੋਤ ਆ। ਸੁਣੀਏ ਉਹਦਾ ਨਾਦ ਵੀ ਅਸੀਂ ਸੁਣਦੇ ਹਾਂ, ਕਣ ਕਣ ਦੇ ਵਿੱਚ ਉਸਦਾ ਨਾਦ ਹੈ। ਜਾਣੀਏ ਇਹ ਬਾਤ ਜਿਹੜੀ ਹੈ ਜਾਣੀ ਵੀ ਜਾ ਰਹੀ ਹੈ। ਸਾਓ, ਸਾਓ ਦਾ ਅਰਥ ਹੈ ਸਵਾਦ, ਉਹਦੇ ਮਿਲਾਪ ਦਾ ਜਿਹੜਾ ਰਸ ਹੈ ਉਹ ਪ੍ਰਾਪਤ ਨਹੀਂ ਹੋ ਰਿਹਾ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲੀ ਪੰਕਤੀ ਵਿੱਚ ਸਵਾਲ ਰੱਖਿਆ ਵੀ ਜੋ ਦਿਸਦਾ ਵੀ ਹੈ, ਸੁਣਦਾ ਵੀ ਹੈ, ਜਾਣਦੇ ਵੀ ਹਾਂ ਵੀ ਉਹ ਹੈ, ਲੇਕਿਨ ਫਿਰ ਵੀ ਉਹਦੇ ਮਿਲਾਪ ਦਾ ਰਸ ਜਿਹੜਾ ਸਤਿਗੁਰੂ ਕਿਉਂ ਨਹੀਂ ਮਿਲ ਰਿਹਾ, ਕਿਉਂ ਨਹੀਂ ਮਿਲਾਪ ਹੋ ਰਿਹਾ? ਤਾਂ ਮਹਾਰਾਜ ਅਗਲੀ ਪੰਕਤੀ ਵਿੱਚ ਉਹਦਾ ਫਿਰ ਜਵਾਬ ਦਿੰਦੇ ਆ। ਕਹਿੰਦੇ ਰੋਲਾ ਟੁੰਡਾ ਅੰਧੁਲਾ ਕਿਉਂ ਗਲ ਲੱਗੇ ਤਾਏ। ਰੋਲਾ ਸ਼ਬਦ ਜਿਹੜਾ ਹੈ ਇਹ ਹੈ ਜਿਸ ਮਨੁੱਖ ਦੇ ਪੈਰ ਨਾ ਹੋਣ, ਰਿੜਨ ਤੋਂ ਹੈ ਵੀ ਉਹ ਪੈਰਾਂ ਤੋਂ ਵਿਹੂਣਾ ਹੈ, ਤੁਰ ਨਹੀਂ ਸਕਦਾ। ਅਤੇ ਟੁੰਡਾ, ਟੁੰਡਾ ਦਾ ਅਰਥ ਹੈ ਜਿਹਦੇ ਹੱਥ ਨਹੀਂ। ਅੰਧੁਲਾ, ਅੰਧੁਲਾ ਜਿਹੜਾ ਵੇਖ ਨਹੀਂ ਸਕਦਾ। ਮਹਾਰਾਜ ਕਹਿੰਦੇ ਰੋਲਾ ਟੁੰਡਾ ਅੰਧੁਲਾ ਕਿਉਂ ਗਲ ਲੱਗੇ ਤਾਏ। ਉਹ ਜੀਵ ਜਿਹੜਾ ਇਹ ਸਵਾਲ ਪੁੱਛ ਰਿਹਾ ਸੀ ਨਾ, ਜਿਹਨੇ ਆਖਿਆ ਮਹਾਰਾਜ, ਫਿਰ ਉਹ ਪਰਮਾਤਮਾ ਜਿਸ ਬਾਬਤ ਕਹਿੰਦੇ ਹੋ ਤੁਸੀਂ, ਉਹ ਕਣ ਕਣ ਵਿੱਚ ਹੈ, ਉਹਦਾ ਨਾਦ ਵੀ ਸੁਣਾਈ ਦੇ ਰਿਹਾ ਹੈ, ਲੇਕਿਨ ਉਹਦੇ ਮਿਲਾਪ ਦਾ ਰਸ ਨਹੀਂ ਪ੍ਰਾਪਤ ਹੋ ਰਿਹਾ, ਤਾਂ ਮਹਾਰਾਜ ਉਹਨੂੰ ਕਿੰਝ ਮਿਲਿਆ ਜਾਏ? ਫਿਰ ਸਾਹਿਬ ਕਹਿੰਦੇ ਭਾਈ ਤੇਰੇ ਕੋਲ ਉਹ ਪੈਰ ਨਹੀਂ ਜਿਨ੍ਹਾਂ ਪੈਰਾਂ ਨਾਲ ਤੂੰ ਦੌੜ ਕੇ ਉਹਦੇ ਨੇੜੇ ਜਾ ਸਕੇ, ਤੇਰੇ ਕੋਲ ਹੱਥ ਕੋਈ ਨਹੀਂ ਜਿਹਦੇ ਨਾਲ ਤੂੰ ਉਹਨੂੰ ਗਲਵੱਕੜੀ ਪਾ ਸਕੇ, ਤੇਰੇ ਕੋਲ ਅੱਖਾਂ ਕੋਈ ਨਹੀਂ, ਤੂੰ ਅੰਨਾ ਹੈ ਜਿਨ੍ਹਾਂ ਨਾਲ ਉਸ ਮਾਲਕ ਨੂੰ ਵੇਖਣਾ। ਉਹ ਮਨੁੱਖ ਇੱਕਦਮ ਹੈਰਾਨ ਹੋ ਕੇ ਕਹਿੰਦਾ ਨਹੀਂ ਜੀ ਨਹੀਂ, ਮੇਰੇ ਤਾਂ ਪੈਰ ਵੀ ਹੈ ਨਾ, ਦੇਖੋ ਤੁਹਾਡੇ ਸਾਹਮਣੇ ਮੈਂ ਨੌ ਬਰਨੋਂ ਖਲੋਤਾ, ਮੇਰੇ ਤਾਂ ਹੱਥ ਵੀ ਹੈਗੇ ਨੇ ਆ ਦੇਖੋ, ਔਰ ਮੇਰੀਆਂ ਅੱਖਾਂ ਵੀ ਕੰਮ ਕਰਦੀਆਂ ਨੇ, ਮੈਂ ਦੇਖ ਸਕਦਾ ਹਾਂ। ਅਤੇ ਤੁਸੀਂ ਕਹਿੰਦੇ ਹੋ ਤੂੰ ਰੋਲਾ ਵੀ ਹੈ, ਟੁੰਡਾ ਵੀ ਹੈ, ਅੰਨਾ ਵੀ ਹੈ, ਅਤੇ ਕਿਵੇਂ ਉਹਦੇ ਕਿਉਂ ਗੱਲ ਲੱਗਿਆ ਧਾਏ? ਕਹਿੰਦੇ ਕਿਵੇਂ ਦੌੜ ਕੇ ਉਹਦੇ ਗੱਲ ਨੂੰ ਲੱਗ ਸਕਦਾ? ਮਹਾਰਾਜ ਮੈਂ ਤਾਂ ਬਿਲਕੁਲ ਠੀਕ ਹਾਂ। ਤਾਂ ਸਤਿਗੁਰਾਂ ਨੇ ਫਿਰ ਅੱਗੋਂ ਉਹਦਾ ਜਵਾਬ ਹੋਰ ਬਖਸ਼ਿਸ਼ ਕੀਤਾ। ਸਾਹਿਬ ਕਹਿੰਦੇ ਅਸਲ ਵਿੱਚ ਗੱਲ ਜਿਹੜੀ ਆ ਉਹ ਇਹਨਾਂ ਪੈਰਾਂ ਦੀ ਨਹੀਂ ਹੈ, ਇਹਨਾਂ ਹੱਥਾਂ ਦੀ ਨਹੀਂ, ਇਹਨਾਂ ਅੱਖਾਂ ਦੀ ਨਹੀਂ। ਇਹਨਾਂ ਪੈਰਾਂ ਨਾਲ ਅਸੀਂ ਦੁਨਿਆਵੀ ਸਫ਼ਰ ਤੈਅ ਕਰ ਸਕਦੇ ਹਾਂ, ਬੰਦਾ ਤੁਰੇ ਅਤੇ ਕਿੰਨੇ ਕਿਲੋਮੀਟਰ ਤੱਕ ਦਾ ਇੱਕ ਦਿਨ ਦੇ ਵਿੱਚ ਸਫ਼ਰ ਤੈਅ ਕਰ ਸਕਦਾ। ਇਹਨਾਂ ਅੱਖਾਂ ਨਾਲ ਅਸੀਂ ਬਾਹਰ ਵੇਖ ਸਕਦੇ ਹਾਂ ਸੰਸਾਰ ਜਗਤ ਜਿਹੜਾ ਸਾਨੂੰ ਨਜ਼ਰ ਆਉਂਦਾ ਹੈ, ਔਰ ਇਹਨਾਂ ਹੱਥਾਂ ਦੇ ਨਾਲ ਅਸੀਂ ਬਾਹਰਲੀਆਂ ਵਸਤੂਆਂ ਨੂੰ ਪਕੜ ਸਕਦੇ ਹਾਂ, ਉਹ ਸਾਡੇ ਪਕੜ ਵਿੱਚ ਆ ਵੀ ਜਾਂਦੀਆਂ। ਫਿਰ ਮਹਾਰਾਜ ਉਹ ਕਿਹੋ ਜਿਹੇ ਚਰਨ ਨੇ, ਕਿਹੋ ਜਿਹੀਆਂ ਅੱਖਾਂ ਨੇ, ਅਤੇ ਕਿਹੋ ਜਿਹੇ ਨੇਤਰ ਨੇ ਜਿਨ੍ਹਾਂ ਨਾਲ ਉਹਨੂੰ ਵੇਖਿਆ ਜਾ ਸਕਦਾ? ਤਾਂ ਮਹਾਰਾਜ ਨੇ ਫਿਰ ਉਹਦੇ ਅੱਗੇ ਦਾਤ ਦਿੱਤੀ, ਕਹਿੰਦੇ ਭੈ ਕੇ ਚਰਨ। ਪਹਿਲਾ ਬਚਨ ਆਖਿਆ ਕਹਿੰਦੇ ਪ੍ਰਭੂ ਦੇ ਡਰ ਵਿੱਚ ਤੁਰਨ ਨੂੰ ਆਪਣੇ ਪੈਰ ਬਣਾ, ਭੈ ਕੇ ਚਰਨ, ਭੈ ਦਾ ਅਰਥ ਹੈ ਡਰ। ਕਹਿੰਦੇ ਉਸ ਪ੍ਰਭੂ ਦੇ ਭੈ ਵਿੱਚ ਤੁਰਨਾ, ਇਹਦੇ ਆਪਣੇ ਇਹਨੂੰ ਪੈਰ ਬਣਾ, ਇਹ ਤੇਰੇ ਚਰਨ ਹੋਣ। ਔਰ ਭੈ ਵਿੱਚ ਤੁਰਨ ਦਾ ਭਾਵ ਕੀ ਹੈ? ਵੀ ਅਸੀਂ ਸੋਚਾਂਗੇ ਜਿਵੇਂ ਬੰਦਾ ਹਨੇਰੇ ਦੇ ਵਿੱਚ ਡਰ ਡਰ ਕੇ ਤੁਰਦਾ, ਉਹ ਡਰਨਾ ਹੈ? ਨਹੀਂ, ਕਿਤੇ ਵੀ ਤੂੰ ਬੈਠਾ ਹੋਵੇਂ, ਕਿਸੇ ਵੀ ਜਗ੍ਹਾ 'ਤੇ ਜਿੱਥੇ ਤੈਨੂੰ ਇਹ ਲੱਗਦਾ ਕਿ ਇੱਥੇ ਮੈਨੂੰ ਕੋਈ ਨਹੀਂ ਪਿਆ ਵੇਖਦਾ, ਮੈਂ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ,
ਸਾਹਿਬ ਕਹਿੰਦੇ ਉੱਥੇ ਵੀ ਤੈਨੂੰ ਇਹ ਮਹਿਸੂਸ ਹੋਣਾ ਚਾਹੀਦਾ ਕਿ ਮੇਰਾ ਰੱਬ ਮੇਰਾ ਪਰਮੇਸ਼ਰ ਮੈਨੂੰ ਵੇਖ ਰਿਹਾ, ਮੈਂ ਕੀ ਕਰ ਰਿਹਾ, ਮੈਂ ਉਹਦੇ ਤੋਂ ਓਝਲ ਨਹੀਂ ਹਾਂ। ਕਿਉਂਕਿ ਆਮ ਕਰਕੇ ਕਹਾਵਤ ਕਹੀ ਜਾਂਦੀ ਹੈ ਕਿ ਰੱਬ ਨੇੜੇ ਹੈ ਕਿ ਕਸੁੰਨ, ਔਰ ਅਕਸਰ ਬੰਦਾ ਜਿਹੜਾ ਹੈ ਉਹ ਕਸੁੰਨ ਤੋਂ ਤਾਂ ਡਰਦਾ ਲੇਕਿਨ ਰੱਬ ਨੂੰ ਬਹੁਤ ਦੂਰ ਸਮਝਦਾ। ਜਦੋਂ ਕੋਈ ਕਸੁੰਨ ਵਾਲਾ ਨੇੜੇ ਦਿਸਦਾ ਤਾਂ ਇੱਕਦਮ ਸਾਵਧਾਨ ਹੋ ਜਾਂਦਾ, ਆਪਣੀ ਕਰਤੂਤ ਆਪਣੀ ਆਦਤ ਨੂੰ ਸੁਧਾਰਨ ਲੱਗ ਜਾਂਦਾ। ਜਦੋਂ ਕੋਈ ਨੇੜੇ ਨਹੀਂ ਤਾਂ ਆਉਂਦਾ, ਇੱਥੇ ਕਿਹੜਾ ਕੋਈ ਵੇਖਦਾ। ਪਰ ਸਾਹਿਬ ਸੱਚੇ ਪਾਤਸ਼ਾਹ ਤਾਂ ਕਰਕੇ ਹੀ ਬੜਾ ਸੁੰਦਰ ਦ੍ਰਿਸ਼ਟਾਂਤ ਦਿੱਤਾ ਸੂਫੀਆਂ ਨੇ। ਦਿੱਲੀ ਦੀ ਧਰਤੀ 'ਤੇ ਜਦੋਂ ਬਾਬਾ ਫਰੀਦ ਜੀ ਉਸ ਜਗ੍ਹਾ 'ਤੇ ਗਏ, ਉਸ ਹੁਜਰੇ ਵਿੱਚ ਜਿੱਥੇ ਫਕੀਰਾਨਾ ਤਬੀਅਤ ਦੇ ਲੋਕ ਰਹਿੰਦੇ, ਉਹਨਾਂ ਕੋਲੋਂ ਫਕੀਰੀ ਦੇ ਕੁਝ ਗੁਣ ਸਿੱਖ ਸਕੀ। ਉਹਨਾਂ ਆਖਿਆ, ਜੀ ਮੈਂ ਵੀ ਅੱਲਾਹ ਦੇ ਦਰਸ਼ਨ ਕਰਨੇ ਆ, ਕਿਵੇਂ ਮਿਲੇਗਾ ਮੈਨੂੰ ਵੀ ਦੱਸੋ। ਉਹਨਾਂ ਆਖਿਆ, ਸਾਡੇ ਹੁਜਰੇ ਵਿੱਚ ਰਹਿਣਾ ਤਾਂ ਤੈਨੂੰ ਇੱਕ ਪ੍ਰੀਖਿਆ ਪਾਸ ਕਰਨੀ ਪੈਗੀ। ਔਰ ਉਹਨੂੰ ਇੱਕ ਕਬੂਤਰ ਦੇ ਦਿੱਤਾ, ਨਾਲ ਇੱਕ ਛੁਰੀ ਦਿੱਤੀ, ਅਤੇ ਦੇ ਕੇ ਆਖਿਆ, ਲੈ ਜਾ ਇਹਨੂੰ ਉੱਥੇ ਜਿਵਾ ਕਰਕੇ ਲਿਆਈ, ਇਹਦੀ ਧੌਣ ਵੱਢ ਕੇ ਉੱਥੇ ਲਿਆਈ ਜਿੱਥੇ ਤੈਨੂੰ ਕੋਈ ਵੇਖਦਾ ਨਾ ਹੋਵੇ। ਔਰ ਜਦੋਂ ਲੈ ਕੇ ਉਹ ਛੁਰੀ ਅਤੇ ਉਸ ਕਬੂਤਰ ਨੂੰ ਤੁਰੇ ਤਾਂ ਪਹਿਲਾਂ ਵੇਖਿਆ ਥੋੜ੍ਹਾ ਜਿਹਾ ਗਾਂਹ ਜਾ ਕੇ ਕੁਝ ਘਰ ਢੱਠੇ ਹੋਏ ਸਨ, ਜਿਵੇਂ ਬਿਲਕੁਲ ਖੰਡਰ ਪਏ ਹੁੰਦੇ ਉਹਨਾਂ ਦੇ ਵਿੱਚ ਵੜੇ, ਵੀ ਇੱਥੇ ਕਿਹੜਾ ਕੋ ਆਉਂਦਾ ਜਾਂਦਾ ਹੈ। ਲੇਕਿਨ ਜਿਵੇਂ ਉੱਥੇ ਬੜੇ ਵੇਖਿਆ, ਨੇੜਿਓਂ ਤੇੜਿਓਂ ਕੋਈ ਦੋ ਚਾਰ ਲੋਕ ਲੰਘਦੇ ਆ ਵੇਖਦੇ, ਆਖਿਆ ਨਹੀਂ ਇੱਥੇ ਗੱਲ ਨਹੀਂ ਬਣਨੀ। ਸ਼ਹਿਰ ਤੋਂ ਬਾਹਰ ਨਿਕਲ ਗਏ, ਜੰਗਲ ਵਿੱਚ ਚਲੇ ਗਏ। ਜੰਗਲ ਵਿੱਚ ਜਾ ਕੇ ਵੇਖਿਆ ਦਰਖਤਾਂ ਦੇ ਥੱਲੇ, ਉੱਥੇ ਹੁਣ ਕੋਈ ਮਨੁੱਖ ਤਾਂ ਨਹੀਂ ਨਜ਼ਰ ਆਉਂਦਾ। ਲੇਕਿਨ ਜਿਵੇਂ ਹੀ ਉੱਥੇ ਉਹਨੂੰ ਜਿਵਾ ਕਰਨ ਲੱਗੇ ਉਹਦੀ ਧੌਣ 'ਤੇ, ਸਰੀਰਕ ਉੱਪਰ ਧਿਆਨ ਮਾਰਿਆ, ਕੁਝ ਪੰਛੀ ਚਹਿਚਹਾ ਰਹੇ ਨੇ, ਆਖਿਆ ਪੰਛੀ ਪਰਿੰਦੇ ਵੇਖਦੇ, ਉਹਨੇ ਤਾਂ ਆਖਿਆ ਸੀ ਕੋਈ ਨਾ ਵੇਖਦਾ ਉੱਥੇ ਵੱਢਣਾ ਇਹਨੂੰ। ਹੁਣ ਉਹਨੂੰ ਲੈ ਕੇ ਇੱਕ ਪਹਾੜ ਦੀ ਕੰਦਰ ਵਿੱਚ ਵੜ ਗਏ, ਜਿਹਨੂੰ ਆਪਾਂ ਜਿਵੇਂ ਗੁਫਾ ਟਾਈਪ ਕਹਿ ਦਿੰਦੇ, ਜਿੱਥੇ ਹਨੇਰਾ ਹੀ ਹਨੇਰਾ ਦਿਨ ਦੇ ਵਿੱਚ ਵੀ, ਉੱਥੇ ਲੈ ਕੇ ਵੜ ਗਿਆ। ਆਖਿਆ ਵੀ ਨਾ ਇੱਥੇ ਕੋਈ ਬੰਦਾ ਵੇਂਦਾ, ਨਾ ਪੰਛੀ, ਨਾ ਪਰਿੰਦਾ, ਬਸ ਹੁਣ ਇਹਨੂੰ ਮੈਂ ਕੱਟ ਦੇਣਾ। ਲੇਕਿਨ ਹਨੇਰੇ ਵਿੱਚ ਉਹ ਕਬੂਤਰ ਦੀਆਂ ਅੱਖਾਂ ਜਿਹੜੀਆਂ ਉਹ ਚਮਕ ਰਹੀਆਂ ਸਨ। ਉਹਨੇ ਆਖਿਆ ਇਹ ਮੈਨੂੰ ਵੇਖਦਾ। ਆਪਣੇ ਉਹਨੇ ਬਸਤਰ ਨਾਲੋਂ ਥੋੜ੍ਹੀ ਜਿਹੀ ਟਾਕੀ ਪਾੜੀ ਅਤੇ ਉਹਦੀਆਂ ਅੱਖਾਂ 'ਤੇ ਬੰਨ੍ਹ ਦਿੱਤੀ। ਹੁਣ ਉਹਨੇ ਆਖਿਆ ਮੈਂ ਵੇਖਦਾ, ਆਪਣੀਆਂ ਅੱਖਾਂ 'ਤੇ ਵੀ ਬੰਨ੍ਹ ਲਈ। ਹੁਣ ਛੁਰੀ ਉਹਦੀ ਧੌਣ 'ਤੇ ਰੱਖੀ, ਲੇਕਿਨ ਉਹਨੂੰ ਫਿਰ ਵੀ ਲੱਗਾ ਉਹਦੀਆਂ ਵੀ ਅੱਖਾਂ ਬੰਨੀਆਂ, ਮੇਰੀਆਂ ਵੀ ਬੰਨੀਆਂ, ਅਜੇ ਵੀ ਕੋਈ ਤੀਸਰਾ ਹੈ ਜਿਹੜਾ ਅੱਖਾਂ ਬੱਝਣ ਤੋਂ ਬਾਅਦ ਵੀ ਵੇਖ ਰਿਹਾ। ਉਹ ਸ਼ਾਮਾਂ ਪਈਆਂ ਵਾਪਸ ਆ ਗਿਆ, ਛੁਰੀ ਵੀ ਉਸੇ ਤਰ੍ਹਾਂ ਹੱਥ 'ਚ ਪੜੀ, ਇੱਕ ਕਬੂਤਰ ਵੀ ਜਿਉਂਦਾ। ਉਹ ਮੁਰਸ਼ਦ ਪੁੱਛਦਾ ਵੀ ਤੂੰ ਇਹਨੂੰ ਜਿਵਾ ਨਹੀਂ ਕਰਕੇ ਲਿਆਇਆ? ਕਹਿੰਦੇ ਜੀ ਅਸਲ ਵਿੱਚ ਮੈਂ ਸਭ ਥਾਵਾਂ 'ਤੇ ਵੇਖਿਆ, ਪਹਿਲਾਂ ਇੱਥੇ ਖੰਡਰ 'ਚ ਲੋਕ ਵੇਂਦੇ, ਬਾਹਰ ਜੰਗਲ ਗਿਆ, ਉੱਥੇ ਪੰਛੀ ਪਰਿੰਦੇ ਖੰਡ 'ਚ ਲੈ ਕੇ ਵੜਿਆ ਇਹਨੂੰ ਗੁਫਾ ਵਿੱਚ, ਉੱਥੇ ਇਹਦੀਆਂ ਵੀ ਅੱਖਾਂ ਬੰਨ ਲਈਆਂ ਆਪਣੀਆਂ, ਫਿਰ ਵੀ ਇਹਨਾਂ ਅੱਖਾਂ ਦੇ ਬੰਦ ਹੋਣ ਦੇ ਬਾਵਜੂਦ ਵੀ ਸੀ ਜੋ ਕੋਈ ਦੇਖ ਰਿਹਾ ਸੀ। ਉਹਨੇ ਆਖਿਆ ਬਸ ਉਸੇ ਨੂੰ ਲੱਭਣ ਦੀ ਲੋੜ ਹੈ, ਉਹੀ ਤੇਰੇ ਅੰਦਰ ਹੈ ਅੱਲਾ, ਉਹੀ ਹੈ ਤੇਰੇ ਅੰਦਰ ਪਰਮੇਸ਼ਰ। ਜਦੋਂ ਸਾਡੀਆਂ ਇਹ ਅੱਖਾਂ ਬੰਦ ਵੀ ਹੁੰਦੀਆਂ ਨੇ, ਇਹਨਾਂ ਦੇ ਬੰਦ ਹੋਣ ਦੇ ਬਾਵਜੂਦ ਵੀ ਉਹ ਵੇਖ ਰਿਹਾ ਹੈ। ਜਿਹਨੂੰ ਇਹ ਸਮਝ ਆ ਜਾਂਦੀ ਹੈ ਨਾ ਕਿ ਹਰ ਥਾਂ 'ਤੇ ਉਹ ਮਾਲਕ, ਉਹਨਾਂ ਨੇ ਆਪਣੇ ਜੀਵਨ ਨੂੰ ਇਸ ਤਰ੍ਹਾਂ ਭੈ ਜਿਹੜਾ ਭੈ ਵਿੱਚ ਲੈ ਆਉਂਦਾ, ਉਹ ਫਿਰ ਕੋਈ ਵੀ ਕਰਮ ਕਰਦੇ ਆ ਨਾ, ਉਹ ਕਹਿੰਦੇ ਛੁਪਾਵਾਂ ਕਿਹਦੇ ਤੋਂ, ਲੁਕਾਵਾਂ ਕਿਹਦੇ ਤੋਂ। ਕੋਈ ਥਾਂ ਐਸੀ ਨਹੀਂ ਜਿੰਨੇ ਮਰਜ਼ੀ ਪਰਦੇ ਕਰ ਲਵਾਂ, ਜਿੰਨੇ ਮਰਜ਼ੀ ਆਪਣੇ ਵੱਲੋਂ ਓਟਾਂ ਕਰਾਂ, ਲੇਕਿਨ ਉਹਦੇ ਤੋਂ ਛੁਪਾਇਆ ਨਹੀਂ ਜਾ ਸਕਦਾ। ਜਿਨ੍ਹਾਂ ਨੂੰ ਇਹ ਸਮਝ ਆ ਗਈ, ਫਿਰ ਸੱਚ ਜਾਣੇ ਉਹਨਾਂ ਦਾ ਜੀਵਨ ਦੋ ਰੂਪ ਨਹੀਂ ਰਹਿੰਦਾ। ਇਹ ਨਹੀਂ ਹੁੰਦਾ ਵੀ ਉਹ ਦੁਨੀਆਂ ਦੇ ਸਾਹਮਣੇ ਕੁਝ ਹੁੰਦੇ ਆ ਅਤੇ ਜਦੋਂ ਦੁਨੀਆਂ ਤੋਲੇ ਹੁੰਦੇ ਆ ਕੁਝ ਹੁੰਦੇ ਆ, ਨਹੀਂ, ਉਹ ਇੱਕ ਹੀ ਰੂਪ ਹੁੰਦੇ। ਉਹ ਘਰ ਵਿੱਚ ਵੀ ਉਹੋ ਜਿਹੇ ਹੋਣਗੇ, ਬਾਹਰ ਵੀ ਉਹੋ ਜਿਹੇ ਹੋਣਗੇ। ਨਹੀਂ ਤਾਂ ਅਕਸਰ ਬੰਦਾ ਟੱਬਰ ਦੇ ਨਾਲ, ਪਰਿਵਾਰ ਦੇ ਨਾਲ ਕੁਛ ਹੁੰਦਾ ਹੈ, ਬਾਹਰਲੇ ਲੋਕਾਂ ਦੇ ਨਾਲ ਮੇਲ ਮਿਲਾਪ ਹੈ ਅਤੇ ਉੱਥੇ ਕੁਛ ਹੁੰਦਾ ਹੈ। ਤਾਂ ਕਰਕੇ ਕਹਿੰਦੇ ਭੈ ਕੇ ਚਰਨ, ਹਰ ਕਰਮ ਤੇਰੀ ਕਿਰਤ ਵੀ ਭੈ ਵਿੱਚ, ਤੇਰਾ ਬੋਲਣਾ ਉੱਠਣਾ ਬੈਠਣਾ ਸਭ ਕੁਝ ਭੈ ਵਿੱਚ। ਕਹਿੰਦੇ ਭੈ ਕੇ ਚਰਨ ਕਰ ਭਾਵ ਕੇ, ਔਰ ਕਹਿੰਦੇ ਫਿਰ ਆਪਣੇ ਪਿਆਰ ਦੇ ਹੱਥ ਬਣਾਏ ਤਾਂ ਪ੍ਰਭੂ ਦੀ ਯਾਦ ਵਿੱਚ ਜੁੜਨ ਨੂੰ ਅੱਖਾਂ ਬਣਾਏ। ਪਿਆਰ ਦੇ ਹੱਥ ਬਣਾ ਜਿਨ੍ਹਾਂ ਨਾਲ ਉਹਨੂੰ ਗਲਵੱਕੜੀ ਪਾਈ ਜਾ ਸਕਦੀ, ਇਹਨਾਂ ਹੱਥਾਂ ਨਾਲ ਨਹੀਂ। ਔਰ ਨਾਲ ਕਹਿੰਦੇ ਲੋਇਣ ਸੁਰਤ ਕਰੇ, ਅਤੇ ਕਹਿੰਦੇ ਉਹਦੇ ਨਾਲ ਨਾਲ ਫਿਰ ਤੂੰ ਆਪਣੇ ਨੇਤਰ ਨੇ ਜਿਹੜੇ ਅੱਖਾਂ ਨੇ, ਕਹਿੰਦੇ ਉਸ ਪ੍ਰਭੂ ਪਿਆਰੇ ਪਰਮੇਸ਼ਰ ਦੀ ਯਾਦ ਵਿੱਚ ਜੁੜਨ, ਸੁਰਤ ਨੂੰ ਜੋੜਨਾ ਇਹ ਅੱਖਾਂ ਬਣਾ। ਨਾਨਕ ਹੈ ਸਿਆਣੀਏ ਕੰਤ ਮਿਲਾਵਾ ਹੋਏ। ਜਦੋਂ ਐਸੇ ਭੈ ਦੇ ਚਰਨ ਹੋਣਗੇ, ਪਿਆਰ ਦੇ ਹੱਥ ਹੋਣਗੇ, ਔਰ ਸੁਰਤ ਦੇ ਨੇਤਰ ਬਣਾ ਕੇ ਉਸ ਮਾਲਕ ਨੂੰ ਤੱਕੇਗਾ, ਕਹਿੰਦੇ ਇਹ ਕੰਤ ਮਿਲਾਵਾ ਹੋਏ, ਫਿਰ ਤੂੰ ਉਸ ਕੰਤ ਦੇ ਮਿਲਾਪ ਨੂੰ ਮਾਣ ਸਕੇਗਾ। ਮਾਲਕ ਕਿਰਪਾ ਕਰੇ ਸਾਡੇ ਉੱਤੇ ਵੀ ਰਹਿਮਤ ਵਰਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ।